ਸਤਿ ਸ਼੍ਰੀ ਅਕਾਲ ਦੋਸਤੋ, ਮਾਫੀ ਚਾਹੁੰਦਾ ਹੈ ਕਿ ਅੱਜ ਬਹੁਤ ਹੀ ਅਫਸੋਸਜਨਕ ਜਿਹੜੀ ਘਟਨਾ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਹਾਲਾਂਕਿ ਤੁਸੀਂ ਟੀਵੀ ਚੈਨਲਾਂ 'ਤੇ ਔਰ ਸਾਰਿਆਂ ਤੋਂ ਆਸੇ ਪਾਸੇ ਸੁਣ ਲਿਆ ਹੋਣਾ ਕੀ ਹੋਇਆ। ਕਈ ਵਾਰੀ ਟੀਵੀ ਚੈਨਲਾਂ ਤੋਂ ਪਹਿਲਾਂ ਪੁਸ਼ਟੀ ਕਰਦੀ ਹੈ ਜਾਂ ਇੱਧਰ ਉੱਧਰ, ਤਾਂ ਫਿਰ ਲੱਗਦਾ ਕਿ ਸ਼ਾਇਦ ਕੋਈ ਅਸੀਂ ਗਲਤ ਗੱਲ ਕਰ ਰਹੇ ਹਾਂ। ਬਹੁਤ ਅਫਸੋਸ ਹੈ ਕਿ ਸ਼ੁਭਕਰਨ, ਸਾਡਾ ਉਹ ਛੋਟਾ ਪੁੱਤਰ, ਸਾਡਾ ਉਹ ਛੋਟਾ ਭਰਾ ਜਿਹੜਾ ਬੱਲੋ ਪਿੰਡ ਦਾ ਸੀ, ਮੌੜ ਪਿੰਡ ਤੇ ਪਾਰਲੀਮੈਂਟ ਬਠਿੰਡਾ ਹਲਕਾ ਤੇ ਹਲਕੇ ਮੌੜ ਦਾ ਸੀਗਾ, ਉਹ ਕੱਲ ਹਰਿਆਣਾ ਪੁਲਿਸ ਦਾ ਯਾਨੀ ਕਿ ਨਰਿੰਦਰ ਮੋਦੀ ਸਾਹਿਬ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਨਰਿੰਦਰ ਮੋਦੀ ਜੀ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਹਦਾਇਤ ਤੇ ਜਿਸ ਪ੍ਰਕਾਰ ਦਾ ਵਤੀਰਾ ਸਾਡੇ ਨਾਲ ਹਰਿਆਣਾ ਸਰਕਾਰ ਦਾ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਕਰ ਰਹੀ ਹੈ ਔਰ ਪੁਲਿਸ ਕਰ ਰਹੀ ਹੈ, ਇਹ ਮੋਦੀ ਜੀ ਦੇ ਕਹਿਣ ਤੇ ਹੋ ਰਿਹਾ। ਬਹੁਤ ਸਾਰੇ ਸਾਥੀਆਂ ਨੇ ਵਾਰ ਵਾਰ ਗੱਲ ਕੀਤੀ ਲਾਈਵ ਹੋ ਕੇ, ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ। ਪਤਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਕੀ ਡਰ ਲੱਗਦਾ। ਔਰ ਇਹ ਹੋਇਆ ਕਿਉਂ? ਕਿਉਂਕਿ ਇਹ ਕਾਲੇ ਕਾਨੂੰਨ ਬਣੇ ਸਨ ਔਰ ਬਹੁਤ ਸਾਰੇ ਲੋਕਾਂ ਨੇ ਉਸ ਕਾਲੇ ਕਾਨੂੰਨਾਂ ਤੇ ਦਸਤਖਤ ਕੀਤੇ ਸਨ। ਅੱਜ ਵੀ ਉਹਨਾਂ ਨਾਲ ਸਾਂਝ ਪਾਉਣ ਦੀਆਂ ਚਰਚਾਵਾਂ ਤੇ ਗੱਲਾਂ ਚੱਲ ਰਹੀਆਂ ਨੇ। ਉਹੀ ਲੋਕ ਜਿਨ੍ਹਾਂ ਨੇ ਸਾਡੇ ਮੌਤ ਦੇ ਵਾਰੰਟਾਂ ਤੇ ਦਸਤਖਤ ਕੀਤੇ ਸਨ। ਸੋ ਜਿੱਥੇ ਜਿੱਥੇ ਮੈਂ ਸਮਝਦਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਔਰ ਖੱਟਰ ਸਰਕਾਰ ਔਰ ਦੇਸ਼ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਕਸੂਰ ਹੈ, ਉੱਥੇ 101% ਕੱਲ ਤੋਂ ਬਾਅਦ ਮੁਕੰਮਲ ਪੰਜਾਬ ਦੀ ਸਰਕਾਰ ਦਾ ਵੀ ਕਸੂਰ ਹੈ, ਯਾਨੀ ਕਿ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਕਸੂਰ ਹੈ। ਉਹਦਾ ਕਾਰਨ ਕੀ ਹੈ ਕਿ ਅੱਜ ਤੋਂ 4 ਦਿਨ ਪਹਿਲਾਂ ਇਹ ਗੱਲ ਕਹਿ ਕੇ ਆਏ ਸੀ, ਜਦੋਂ ਟੀਅਰ ਗੈਸ ਦੇ ਗੋਲੇ ਔਰ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀਗਾ ਕਿਸਾਨਾਂ ਦਾ, ਕਿ ਟੀਅਰ ਗੈਸ ਦੇ ਬਹਾਨੇ ਗੋਲੀਆਂ ਚਲਾਈਆਂ ਜਾ ਰਹੀਆਂ, ਰਬੜ ਬੁਲੇਟ ਚਲਾਏ ਜਾ ਰਹੇ ਹੈ ਔਰ 100 ਦੀ ਤਾਦਾਦ ਚ ਲੋਕ ਜ਼ਖਮੀ ਹੋ ਗਏ। ਰਾਹੁਲ ਗਾਂਧੀ ਜੀ ਦੇ ਵੀ ਕਿਸਾਨ ਦੇ ਇੱਕ ਫੌਜੀ ਨਾਲ ਗੱਲ ਕੀਤੀ ਔਰ ਫੌਜੀ ਨੇ ਦੱਸਿਆ ਕਿ ਆ ਜਿਹੜੇ ਮੇਰੇ ਸ਼ਰੇ ਗੋਲੀ ਦੇ ਹੈ ਉਹ ਰਿਟਾਇਰਡ ਫੌਜੀ ਸੀ, ਹੁਣ ਕਿਸਾਨ ਸੀ। ਔਰ ਫਿਰ ਅਸੀਂ ਚਿੱਠੀ ਲਿਖੀ ਭਗਵੰਤ ਮਾਨ ਜੀ ਨੂੰ ਕਿ ਮੁੱਖ ਮੰਤਰੀ ਸਾਹਿਬ ਜ਼ਰਾ ਨੀਂਦ ਤੋਂ ਜਾਗੋ ਤੇ ਜਾਗ ਕੇ ਆਪਦੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਹੌਸਲਾ ਕਰੋ। ਲੇਕਿਨ ਉਹਦੇ ਤੇ ਕੋਈ ਅਸਰ ਨਹੀਂ ਕਿਹਾ। ਮੈਂ ਕਿਹਾ ਸੀ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਔਰ SP ਅੰਬਾਲਾ ਤੇ FIR ਦਿਓ, ਕੁਛ ਨਹੀਂ ਹੋਇਆ। ਅੱਜ ਵੀ ਤੁਸੀਂ ਰੋਕ ਸਕਦੇ ਹੋ। ਭਗਵੰਤ ਮਾਨ ਜੀ ਦਾ ਵੀਡੀਓ ਜਾਰੀ ਹੋਇਆ ਕਿ ਮੈਨੂੰ ਦੁੱਖ ਹੈ, ਅਸੀਂ ਸਹਾਇਤਾ ਕਰਾਂਗੇ, ਆਰਥਿਕ ਮਦਦ ਵੀ ਕਰਾਂਗੇ, ਬੱਚਿਆਂ ਨੂੰ ਵੀ ਪੜਾਵਾਂਗੇ। ਮੈਨੂੰ ਇਹ ਦੱਸ ਦਿਓ ਕਿ ਉਹਨਾਂ ਦਾ ਆਰਥਿਕ ਮਦਦ ਦੇ ਨਾਲ ਤੁਸੀਂ ਉਹ ਮੁੰਡਾ 24 ਸਾਲ ਦਾ ਵਾਪਸ ਕਰ ਦਿਓਗੇ? ਉਹ ਸ਼ੁਭ ਵਾਪਸ ਆ ਜਾਏਗਾ? ਜੇ ਆ ਜਾਏਗਾ ਤਾਂ ਫਿਰ ਭਾਵੇਂ ਆਰਥਿਕ ਮਦਦ ਜਿੰਨੀ ਮਰਜ਼ੀ ਕਰ ਦਿਓ, ਔਰ ਕਿੰਨੇ ਹੋਰ ਸ਼ੁਭ ਮਰਾਉਂਗੇ? ਹੋਰ ਕਿੰਨੇ ਸ਼ੁਭ ਦਾ ਇੰਤਜ਼ਾਰ ਕਰਾਂਗੇ ਅਸੀਂ ਮਰਨ ਦਾ? ਆਦਰਨੀਆ ਮਾਨ ਸਾਹਿਬ, ਤੁਸੀਂ ਉੱਥੇ ਆਪਦੀਆਂ
ਬਫਰ ਜਿਹੜੀ ਹੈ ਤੁਹਾਡੀ ਫੋਰਸ ਹੈ ਤੁਹਾਡੇ ਕੋਲੇ ਪੰਜਾਬ ਪੁਲਿਸ ਉੱਥੇ ਲਾਓ ਬਰਾਬਰ ਤੇ ਜੇ ਸਾਹਮਣੇ ਅੰਬਾਲੇ ਵਾਲੇ ਹਰਿਆਣੇ ਵਾਲੇ ਟੀਅਰ ਗੈਸ ਛੱਡਦੇ ਤਾਂ ਤੁਸੀਂ ਵੀ ਛੱਡੋ। ਤੁਹਾਨੂੰ ਬਹੁਤ ਦੁੱਖ ਹੈ, ਤੁਹਾਨੂੰ ਬਹੁਤ ਹਮਦਰਦੀ ਹੈ, ਤੁਸੀਂ ਬੜੀਆਂ ਉਹਨਾਂ ਦੇ ਪਰਿਵਾਰ ਨੂੰ ਹੋ ਸਕਦਾ ਨੌਕਰੀ ਵੀ ਦੇ ਦਿਓ, ਪਰ ਨੌਕਰੀ ਨਾਲ ਜੇ ਉਹ ਮੁੜਿਆ ਆਏਗਾ ਮੁੰਡਾ ਨੌਜਵਾਨ ਸ਼ੁਭ ਤਾਂ ਦੱਸ ਦਿਓ, ਸ਼ੁਭ ਕਰਨ ਨੇ ਨਹੀਂ ਆਉਣਾ ਹੁਣ ਜਿਹੜਾ ਚਲਾ ਗਿਆ। ਔਰ ਮੈਨੂੰ ਡਰ ਹੈ ਪਹਿਲਾਂ ਵੀ 700 ਕਿਸਾਨ ਮਰ ਕੇ ਆਏ, ਸ਼ਹੀਦ ਹੋ ਕੇ ਆਏ ਹੈ, ਇੱਕ ਸ਼ੁਭ ਗਿਆ, ਹੋਰ ਸ਼ੁਭ ਦਾ ਇੰਤਜ਼ਾਰ ਪੰਜਾਬ ਦੇ ਲੋਕਾਂ ਨੂੰ ਨਾ ਕਰਾਓ। ਸਾਹਮਣੇ ਉਹ ਬੈਰੀਗੇਟਿੰਗ ਲਾ ਕੇ ਸਾਹਮਣੇ ਆਪਦੀ ਫੋਰਸ ਬਫਰ ਲਾਓ, ਜੇ ਇੱਕ ਗੋਲਾ ਦਾਗਦਾ ਹੈ ਅਥਰੂ ਗੈਸ ਦਾ ਜਾਂ ਇੱਕ ਗੋਲੀ ਆਉਂਦੀ ਹੈ ਤੇ ਫਿਰ ਇਧਰੋਂ ਪੰਜਾਬ ਚੋਂ ਵੀ ਗੋਲੀ ਜਾਣੀ ਚਾਹੀਦੀ ਹੈ, ਪੰਜਾਬ ਚੋਂ ਵੀ ਅਥਰੂ ਗੈਸ ਗੋਲਾ ਜਾਣਾ ਚਾਹੀਦਾ। 100% ਤੁਸੀਂ ਗੋਡੇ ਟੇਕਦੇ ਹੈ ਮੁੱਖ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲੇ, ਇਸੇ ਕਰਕੇ ਤੁਹਾਡੇ DGP ਨੇ ਸਾਹਿਬ ਨੇ ਕਿਹਾ ਕਿ ਉਹ ਜਿਹੜੀਆਂ JCB ਮਸ਼ੀਨਾਂ ਤੇ ਪੋਕਲੇਨ ਉੱਥੇ ਲੈ ਕੇ ਨਹੀਂ ਜਾਣੇ, ਹੈਡਰੇ ਲੈ ਕੇ ਨਹੀਂ ਜਾਣੇ, ਕਿਉਂ ਤੁਹਾਨੂੰ ਉਹਨਾਂ ਨੂੰ ਤੁਸੀਂ ਇਹ ਗੱਲ ਕੀਤੀ ਵੀ ਹੈ ਵੀ ਮੈਂ ਉਹ ਰੋਕੂੰਗਾ। ਔਰ ਮੈਂ ਕੱਲ ਟੱਪਿਆ ਸੀ ਤੜਕੇ ਉੱਥੋਂ ਦੀ ਤਮਾਮ ਪੁਲਿਸ ਫੋਰਸ ਲਾਈ ਵੀ ਹੈ, ਉਹ ਪੁਲਿਸ ਫੋਰਸ ਜਿਹੜੀ ਸੜਕਾਂ ਤੇ ਲਾਈ ਆ ਉਹ ਬਾਰਡਰ ਤੇ ਲਾਓ। ਸਾਡੀ ਸਰਜਮੀਨ ਤੇ ਜੇ ਅਥਰੂ ਗੈਸ ਦਾ ਗੋਲਾ ਆ ਗਿਆ, ਗੋਲੀ ਆਈ ਤਾਂ ਤਿੰਨ ਉਹਨਾਂ ਦੀ ਸਰਜਮੀਨ ਤੇ ਜਾਣੇ ਚਾਹੀਦੇ, ਫੇਰ ਤਾਂ ਹੈਗੀ ਆ ਤੁਹਾਡੀ ਹਮਦਰਦੀ। ਤੁਸੀਂ ਇਹ ਵੀ ਕਿਹਾ ਮੈਂ ਪਰਚਾ ਦੇਊਂਗਾ, ਕਿਹਦੇ ਤੇ ਦੇਊਂਗਾ ਪਰਚਾ? ਅਣਪਛਾਤੇ ਲੋਕਾਂ ਤੇ ਪਰਚਾ ਦੇਊਂਗੇ? ਇਨਕੁਆਇਰੀ ਕਰੋਗੇ? 6 ਮਹੀਨੇ ਇਨਕੁਆਇਰੀ ਚੱਲੂਗੀ, ਉਦੋਂ ਨੂੰ ਅੰਦੋਲਨ ਖਤਮ ਹੋ ਜਾਏਗਾ, ਇਲੈਕਸ਼ਨ ਆ ਜਾਏਗਾ। ਪਰਚਾ ਅੱਜ ਹੀ ਦਿਓ, ਬਾਈ ਨੇਮ ਤੇ ਦਿਓ। ਅਗਰ ਤੁਸੀਂ ਪੰਜਾਬ ਦੇ ਹਮਦਰਦ ਹੈ ਤਾਂ ਗ੍ਰਹਿ ਮੰਤਰੀ ਹਰਿਆਣਾ ਤੇ ਅੱਜ ਪਰਚਾ ਦਿਓ। ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਹਮਦਰਦ ਹੈ ਤਾਂ ਅੱਜ ਹੀ ਪਰਚਾ ਤੁਸੀਂ SP ਅੰਬਾਲਾ ਤੇ ਦਿਓ, ਬਾਈ ਨੇਮ ਦਿਓ, ਔਰ ਚਲਾਨ ਪੇਸ਼ ਕਰੋ ਸ਼ੁਭਕਰਨ। ਔਰ ਜਿੰਨੇ ਲੋਕ ਜ਼ਖਮੀ ਹੋਏ ਪਰਚਾ ਦੇ ਕੇ ਬਾਈ ਨੇਮ ਤੇ ਕੋਰਟ ਚ ਚਲਾਨ ਪੇਸ਼ ਕਰੋ ਤੇ ਕੋਰਟ ਨੂੰ ਡਿਸਾਈਡ ਕਰਨ ਦਿਓ ਕੀ ਹੋਏਗਾ ਜੇ ਤੁਸੀਂ ਹਮਦਰਦ ਹੈ। ਜੇ ਮਿੱਠੀਆਂ ਮਿੱਠੀਆਂ ਗੱਲਾਂ ਮੈਂ ਕਰਨ ਨਹੀਂ ਦਿਆਂਗਾ, ਪਹਿਲਾਂ ਕੇਂਦਰ ਨੂੰ ਸੋਚਣਾ ਚਾਹੀਦਾ ਸੀ। ਹੁਣ ਕੇਂਦਰ ਇੰਤਜ਼ਾਰ ਕਰ ਰਿਹਾ ਚੋਣ ਜ਼ਾਬਤੇ ਦਾ ਕਿ ਸਾਡੇ ਬੰਦੇ ਮਾਰ ਦਿੱਤੇ ਜਾਣਗੇ ਚੋਣ ਜ਼ਾਬਤੇ ਚ, ਜੋ ਮਰਜ਼ੀ ਇਹ ਕਰਨਗੇ। ਤੁਸੀਂ ਫਿਰ ਕਹੋਗੇ ਚੋਣ ਜ਼ਾਬਤਾ ਲੱਗਿਆ ਹੋਇਆ, ਅੱਜ ਚੋਣ ਜ਼ਾਬਤਾ ਨਹੀਂ ਲੱਗਿਆ ਹੋਇਆ, ਫਿਰ ਉੱਥੋਂ ਕੱਲ ਨੂੰ ਜਦੋਂ ਚੋਣ ਜ਼ਾਬਤਾ ਲੱਗਿਆ ਉਹ ਤਾਂ ਸਾਡਾ 100 ਕਿਸਾਨ ਨੂੰ ਮਾਰ ਦੇਣਗੇ। ਫਿਰ ਮੂਕ ਦਰਸ਼ਕ ਬਣ ਕੇ ਤੁਸੀਂ ਸਾਰਿਆਂ ਨੂੰ ਮਾਲੀ ਸਹਾਇਤਾ ਦੇ ਦਿਓਗੇ, ਪਰ ਪੁੱਤ ਕਿੱਥੋਂ ਵਾਪਸ ਲੈ ਕੇ ਆਵਾਂਗੇ? ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ 700 ਕਿਸਾਨ ਨਾਲ ਮਿਲੀ ਭੁਗਤ ਨਾ ਮਿਲਾਇਆ, ਨਰਿੰਦਰ ਮੋਦੀ ਜੀ ਦਾ ਨਾਂ ਲਓ ਔਰ ਇਹ ਸੌਂ ਖਾਓ ਕਿ ਅਸੀਂ ਭਾਜਪਾ ਦੇ ਨਾਲ ਕਦੇ ਨਹੀਂ ਰਲਾਂਗੇ। ਤੁਹਾਡੇ ਵੱਡੇ ਜਿਹੜੇ ਸਰਦਾਰ ਹੈ, ਜਿਹੜੇ ਪਾਰਟੀਆਂ ਦਾ ਆਗੂ ਨੇ ਮੇਨ, ਉਹ ਉੱਤੇ ਗੱਲਬਾਤ ਚਲਾਈ ਜਾਂਦੇ ਹੈ ਭਾਜਪਾ ਦੇ ਨਾਲ ਤੇ ਤੁਸੀਂ ਲਾਈਵ ਹੁੰਦੇ ਹੋ, ਇਸ ਗੱਲ ਦਾ ਕੋਈ ਮਤਲਬ ਨਹੀਂ ਹੈ। ਲੋਕ ਜਨਤਾ ਸਭ ਜਾਣਦੀ ਹੈ ਕੌਣ ਕੀਰੇ ਨਾਲ ਹੈ ਕੌਣ ਕੀਰੇ ਨਾਲ ਨਹੀਂ ਹੈ। ਔਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ, ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ, ਸਾਰੀਆਂ ਜਾਤੀਆਂ ਨੂੰ ਮੈਂ ਬੇਨਤੀ ਕਰਦਾ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਦਲਿਤ ਹੈ, ਚਾਹੇ ਉਹ ਖੇਤ ਮਜ਼ਦੂਰ ਹੈ, ਅਸੀਂ ਤਾਜ਼ੀ ਸਾਰੇ ਜਿਉਂਦੇ ਹਾਂ ਜੇ ਪੰਜਾਬ ਦਾ ਕਿਸਾਨ ਜਿਉਂਦਾ, ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ। ਅਗਰ ਕਿਸਾਨ ਮਰ ਗਿਆ ਤਾਂ ਸ਼ੈਲਰ ਮਰ ਗਿਆ, ਕਾਟਨ ਫੈਕਟਰੀ ਮਰ ਗਈ, ਤੇਲ ਮਿੱਲ ਮਰ ਗਈ, ਪੱਥਰ ਦਾ ਵਪਾਰ ਮਰ ਗਿਆ, ਦੁਕਾਨਾਂ ਕੱਪੜੇ ਦੀਆਂ ਬੰਦ ਹੋ ਜਾਣੀਆਂ, ਪੈਲੇਸ ਬੰਦ ਹੋ ਜਾਣਗੇ, ਵਿਆਹ ਸ਼ਾਦੀਆਂ ਨਹੀਂ ਕਰ ਪਾਉਣਗੇ, ਹਲਵਾਈ ਬੰਦ ਹੋ ਜਾਣਗੇ। ਸਭ ਕੁਝ ਕਿਸਾਨ ਦੇ ਨਾਲ ਚੱਲਦਾ, ਕਿਉਂਕਿ ਇੱਥੇ ਪੱਥਰ ਨਹੀਂ ਨਿਕਲਦਾ, ਇੱਥੇ ਕੋਲਾ ਨਹੀਂ ਨਿਕਲਦਾ, ਇੱਥੇ ਸਿਉਣਾ ਨਹੀਂ ਨਿਕਲਦਾ। ਜਿਹੜੇ ਲੋਕ ਚੁੱਪ ਕਰਕੇ ਬੈਠੇ ਹੈ, ਜਿਹੜੇ ਲੋਕ ਸ਼ਾਂਤ ਬੈਠੇ ਹੈ,
ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਵੇਂ ਪਿਛਲੀ ਵਾਰੀ ਅੰਦੋਲਨ ਦੀ ਸਾਰਿਆਂ ਨੇ ਮਦਦ ਕੀਤੀ ਸੀ, ਅਸੀਂ ਸਾਰੇ ਇੱਕਮੁੱਠ ਹੋ ਕੇ ਤਕੜੇ ਹੋ ਕੇ, ਕਿਉਂਕਿ ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ। ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰੈਂਡਰ ਹੋ ਚੁੱਕੇ ਹੈ, ਇਸੇ ਕਰਕੇ ਉਹਨਾਂ ਨੇ ਤਾਂ ਵਿਧਾਨ ਸਭਾ ਵਾਸਤੇ ਵੀ ਵੱਖਰੀ ਜਗ੍ਹਾ ਮੰਗ ਲਈ ਸੀ ਚੰਡੀਗੜ੍ਹ ਦੀ, ਜਦੋਂ ਹਰਿਆਣਾ ਵਾਸਤੇ ਉਹਨਾਂ ਨੇ ਕਿਹਾ ਸੀ ਹਰਿਆਣਾ ਨੂੰ ਦੇਵਾਂਗੇ। ਹੁਣ ਤੁਹਾਨੂੰ ਖੜਾ ਹੋਣਾ ਪਏਗਾ, ਮੂਪ ਦਰਸ਼ਕ ਬਣ ਕੇ ਵੇਖਣਾ ਨਹੀਂ ਹੈ, ਆਓ ਸਾਰੇ ਰਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ। ਕਿਉਂ ਪੰਜਾਬ ਡੁੱਬ ਜਾਏਗਾ ਜੇ ਕਿਸਾਨ ਮਰ ਗਿਆ, ਔਰ ਕਿਸਾਨ ਆਪਣੀ ਗਰੰਟੀ ਮੰਗਦਾ ਹੈ, MSP ਮੰਗਦਾ ਹੈ, ਇਸ ਤੋਂ ਥੱਲੇ ਸਾਡਾ ਮਾਲ ਨਾ ਖਰੀਦਿਆ ਜਾਵੇ, ਹੋਰ ਕਿਸਾਨ ਕੀ ਮੰਗਦਾ ਹੈ। ਸਾਰੇ ਦੇਸ਼ ਦਾ ਢਿੱਡ ਭਰਿਆ ਕਿਸੇ ਵੇਲੇ ਅਸੀਂ, ਅੱਜ ਸਾਡੇ ਨਾਲ ਵਤੀਰਾ, ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ, ਦਿੱਲੀ ਕਿਸੇ ਦੇ ਬਾਪ ਨਹੀਂ ਦੀ ਹੈ। ਦਿੱਲੀ ਨੂੰ ਆਜ਼ਾਦ ਕਰਾਉਣ ਵਾਸਤੇ ਲਾਲ ਕਿਲੇ ਤੇ ਝੰਡਾ ਦੇਸ਼ ਦਾ ਪ੍ਰਧਾਨ ਮੰਤਰੀ ਲਹਿਰਾਉਂਦੇ ਹੈ, ਉਹਦੇ ਵਾਸਤੇ ਪੰਜਾਬ ਦੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ, ਔਰ ਸਭ ਤੋਂ ਵੱਧ ਸ਼ਹੀਦ ਪੰਜਾਬ ਦੇ ਲੋਕ ਹੋਏ ਹੈ। ਮੈਂ ਪੂਰੇ ਦੇਸ਼ ਤੇ ਫਖਰ ਕਰਦਾ, ਦੇਸ਼ ਦੇ ਤਿਰੰਗੇ ਤੇ ਫਖਰ ਕਰਦਾ, ਲੇਕਿਨ ਪੰਜਾਬੀਆਂ ਨੇ, ਇਹਨਾਂ ਪਿੰਡਾਂ ਵਾਲਿਆਂ ਨੇ, ਇਹਨਾਂ ਲੋਕਾਂ ਨੇ ਪੰਜਾਬ ਦੀ ਧਰਤੀ ਤੇ ਸਰ ਜ਼ਮੀਨ, ਚਾਹੇ ਦੇਸ਼ ਦੀ ਆਜ਼ਾਦੀ ਦਾ ਮਸਲਾ ਸੀ, ਚਾਹੇ ਲੜਾਈਆਂ ਤੇ ਜੰਗਾਂ ਦੀ ਲੜਾਈ ਸੀ, ਸਭ ਤੋਂ ਵੱਧ ਸਾਡਾ ਐਡਾ ਕੁ ਸੂਬਾ ਹੈ, ਐਡੇ ਕੁ ਸੂਬੇ ਵਾਲਿਆਂ ਨੇ ਆਪਦੀਆਂ ਸ਼ਹੀਦੀਆਂ ਦੇ ਕੇ ਦੇਸ਼ ਨੂੰ ਆਜ਼ਾਦ ਇੱਥੇ ਝੰਡਾ ਲਹਿਰਾਇਆ। ਔਰ ਮੇਰੀ ਬੇਨਤੀ ਹੈ, ਅਗਰ ਵਾਕਈ ਤੁਸੀਂ ਹਮਦਰਦ ਹੋ ਮੁੱਖ ਮੰਤਰੀ ਸਾਹਿਬ, ਤਾਂ ਕਿਰਪਾ ਕਰਕੇ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਪਰਚਾ ਦੇ ਕੇ, ਤੇ ਨਾਲ SP ਹਰਿਆਣਾ ਤੇ ਬਾਏ ਨੇਮ ਪਰਚਾ ਦੇ ਕੇ ਅੰਬਾਲਾ ਤੇ, ਅੱਜ ਤੁਸੀਂ ਲਾਈਵ ਹੋ, ਤੇ ਨਾਲ ਜਿਹੜੀ ਚਿੱਠੀ ਤੁਹਾਡੇ DGP ਨੇ ਕੱਢੀ ਹੈ, ਹੈਡਰੇ ਨਹੀਂ ਲੈ ਕੇ ਜਾਣੇ, ਉੱਥੇ JCB ਨਹੀਂ ਲੈ ਕੇ ਜਾਣੀ, ਉੱਥੇ ਪੋਖਲੀਨ ਨਹੀਂ ਲੈ ਕੇ ਜਾਣੀ, ਉਹਨਾਂ ਨੂੰ ਜਾਣ ਦਿਓ। ਜਿਹੜਾ ਬਿਲਕੁਲ ਮੈਂ ਕਹਿੰਦਾ ਸ਼ਾਂਤੀਪੂਰਕ ਹੋਣਾ ਚਾਹੀਦਾ, ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖਣੀ ਹੈ, ਪਰੰਪਰਾਵਾਂ ਬਣਾ ਕੇ ਰੱਖੀਆਂ, ਜਾਨੀ ਮਾਨੀ ਕਿਸੇ ਦਾ ਨੁਕਸਾਨ ਨਾ ਹੋ ਜਾਏ, ਇਸ ਗੱਲ ਦਾ ਧਿਆਨ ਰੱਖਣਾ, ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਕਿਸੇ ਦੀ ਜਾਨ ਨੁਕਸਾਨ ਹੋ ਜਾਏ, ਪਰ ਇਹ ਨਾ ਹੋਵੇ ਸਾਡੇ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੰਦੇ ਮਰ ਜਾਣ, ਤੇ ਪੰਜਾਬ ਦੀ ਪੁਲਿਸ ਮੂਪ ਦਰਸ਼ਕ ਬਣ ਕੇ ਵੇਖਦੀ ਰਵੇ, ਤਕੜੇ ਹੋ ਕੇ ਉੱਥੇ ਦੋ ਦੀਵਾਰਾਂ ਬਣਾਓ ਪੰਜਾਬ ਪੁਲਿਸ ਦੀਆਂ, ਤੇ DJP ਨੂੰ ਉੱਥੇ ਭਾਓ, ਜਿਹੜੇ ਹਦਾਇਤਾਂ ਦਫ਼ਤਰਾਂ ਚੋਂ ਬਹਿ ਕੇ ਦਿੰਦੇ ਹੋ, ਉੱਥੇ ਤੁਹਾਡੇ SPਾਂ ਨੂੰ ਪਾਓ ਵੀ ਜੇ ਇੱਕ ਟੀਅਰ ਗੈਸ ਚੱਲਿਆ ਤਾਂ 3 ਚਲਾਉਣੇ, ਜੇ ਇੱਕ ਗੋਲੀ ਚੱਲੀ ਤਾਂ 3 ਚਲਾਉਣੀਆਂ ਹਰਿਆਣੇ ਵੱਲ, ਜੇ ਇੱਕ ਰਬੜ ਬੁਲਟ ਚੱਲਿਆ ਤਾਂ 3 ਰਬੜ ਬੁਲਟ ਚਲਾਵਾਂਗੇ। ਉੱਥੇ ਜੰਤਰ ਲਾ ਦਿੱਤੇ ਗਏ ਲੋਕਾਂ ਦੇ ਕੰਨ ਬੋਲੇ ਕਰਨ ਨੂੰ, ਆਵਾਜ਼ ਦੇਣ ਨੂੰ, ਕਿਉਂ ਅਸੀਂ ਕੋਈ ਟੈਰੋਰਿਸਟ ਹੈ? ਪੰਜਾਬ ਕੋਈ ਵੱਖਰਾ ਸੂਬਾ ਹੈ? ਤਾਂ ਹੀ ਤਾਂ ਭਾਜਪਾ ਵਾਲੀਆਂ ਜਿਹੜੀਆਂ ਵਰਕਰ ਆ, ਉਹ ਸਾਡੇ ਇੱਕ ਭਰਾ ਪੁਲਿਸ ਆਫਿਸਰ ਨੂੰ ਜਿਹੜਾ ਬੰਗਾਲ ਚ ਲੱਗਿਆ IPS ਆਫਿਸਰ, ਪੱਗ ਵਾਲੇ ਨੂੰ ਖਾਲਿਸਤਾਨ ਦੱਸਦੀ ਹੈ, ਬੰਗਾਲ ਵਾਲੇ ਨੂੰ ਕਿਵੇਂ ਪਤਾ ਲੱਗਿਆ ਖਾਲਿਸਤਾਨ ਦਾ? ਉਹ ਇਸ ਕਰਕੇ ਪਤਾ ਲੱਗਿਆ ਕਿ ਹਰ ਪੱਗ ਵਾਲੇ ਨੂੰ ਨਰਿੰਦਰ ਮੋਦੀ ਜੀ ਔਰ ਭਾਜਪਾ ਸਰਕਾਰ ਸਾਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਦੀ ਹੈ। ਔਰ ਮੈਨੂੰ ਸ਼ਰਮ ਆਉਂਦੀ ਹੈ, ਭਾਜਪਾ ਦੇ ਸਿੱਖਾਂ ਨੇ, ਪੱਗ ਵਾਲਿਆਂ ਨੇ ਉਹਨੂੰ ਡਿਫੈਂਡ ਕੀਤਾ। ਕਿਉਂ ਡਿਫੈਂਡ ਕੀਤਾ? ਬਈ ਪੱਗ ਵਾਲਾ ਖਾਲਿਸਤਾਨੀ ਹੈ, IPS ਬਣਿਆ, ਹਰ ਪੱਗ ਵਾਲੇ ਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ, ਟੈਰੋਰਿਸਟ ਦੇ ਰੂਪ ਦੇ ਵਿੱਚ। ਨਹੀਂ, ਅਸੀਂ ਹਿੰਦੁਸਤਾਨੀ ਹਾਂ, ਹਿੰਦੁਸਤਾਨ ਨੂੰ ਪਿਆਰ ਕਰਦੇ ਹਾਂ। ਬਾਰਡਰ ਨਾ ਬਣਾਓ, ਦਿੱਲੀ ਜਾਣ ਦਿਓ, ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ, ਔਰ ਮੁੱਖ ਮੰਤਰੀ ਆਪਦਾ ਫਰਜ਼ ਅਦਾ ਕਰੇ। ਨਹੀਂ, ਮੈਂ ਸਮੁੱਚੇ ਸਾਰੇ ਲੋਕਾਂ ਨੂੰ ਔਰ ਕਾਂਗਰਸੀ ਭਰਾਵਾਂ ਨੂੰ ਬੇਨਤੀ ਕਰਦਾ, ਪਿੰਡਾਂ ਦੇ ਵਿੱਚ ਸਾਰੇ ਜਾਣੇ ਕਿਸਾਨਾਂ ਦੀਆਂ ਮਦਦ ਕਰੋ, ਕਿਸਾਨਾਂ ਦੇ ਨਾਲ ਖੜੇ ਹੋ, ਲੜਾਈ ਲੜੋ ਕਿਸਾਨਾਂ ਨੂੰ, ਜੋ ਚਾਹੀਦਾ ਪੈਸਾ ਚਾਹੀਦਾ, ਸਮਾਨ ਚਾਹੀਦਾ, ਸਭ ਇਕੱਠਾ ਕਰਕੇ ਦੇਣਾ ਸਾਡਾ ਫਰਜ਼ ਬਣਦਾ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ,
ਔਰ ਅਸੀਂ ਵੀ ਅੱਜ ਸਲਾਹ ਕਰਕੇ ਅਸੀਂ ਚੁੱਪ ਨਹੀਂ ਬੈਠਾਂਗੇ, ਅਸੀਂ ਤੁਹਾਡੇ ਬਾਰ ਚ ਧਰਨਾ ਦੇਵਾਂਗੇ। ਮੈਂ ਕੱਲ ਵੀ ਚਿੱਠੀ ਲਿਖੀ ਹੈ, ਅੱਜ ਪਰਚਾ ਦਿਓ, ਨਹੀਂ ਤਾਂ ਫਿਰ ਤੁਸੀਂ ਕਹੋਗੇ ਜਾਣ ਬੁੱਝ ਕੇ ਰਾਜਨੀਤਿਕ ਪਾਰਟੀਆਂ ਵੀ ਦਖਲ ਅੰਦਾਜ਼ੀ ਕਰ ਰਹੀਆਂ। ਅੱਜ ਦੁੱਖ ਹੋਇਆ ਉਹ ਨੌਜਵਾਨ ਪੁੱਤ ਦਾ ਜਿਹੜਾ ਸ਼ਹੀਦ ਹੋ ਗਿਆ, ਉਹ ਸ਼ਹੀਦ ਹੋ ਗਿਆ, ਉਹ ਮੁੜਨਾ ਨਹੀਂ ਹੈ। 23 ਸਾਲਾਂ ਦਾ ਮੁੰਡਾ ਨਾ ਪੈਸੇ ਨਾਲ ਮੁੜਦਾ, ਨਾ ਕੁੜੀਆਂ ਨੂੰ ਨੌਕਰੀ ਨਾਲ ਮੁੜਨੀ ਹੈ। ਮੁੱਖ ਮੰਤਰੀ ਸਾਹਿਬ, ਇੱਕ ਤਾਂ ਦੁਸ਼ਮਣਾਂ ਨੂੰ ਸਜ਼ਾ ਦਿਓ ਤੇ ਦੂਜਾ ਪੰਜਾਬ ਦੇ ਨਾਲ ਖੜੇ ਹੋ, ਫਿਰ ਮੁੜਨਾ। 700 ਜਿਹੜਾ ਕਿਸਾਨ ਪਹਿਲਾਂ ਮੁੜ ਗਿਆ, ਹੁਣ ਕਿਹੜਾ ਉਹਨੂੰ ਵਿਚਾਰੇ ਨੂੰ ਕੋਈ ਪੁੱਛ ਰਿਹਾ? ਕੋਈ ਨਹੀਂ ਪੁੱਛ ਰਿਹਾ। ਅੱਜ ਉਹ ਜਿਹੜੀਆਂ ਨੌਕਰੀਆਂ ਦੇਤੀਆਂ ਉਸ ਵੇਲੇ ਜਿਹੜੇ 5-5 ਲੱਖ ਰੁਪਇਆ ਦੇਤਾ, ਠੀਕ ਹੈ, ਮੈਨੂੰ ਯਾਦ ਹੈ ਕਾਂਗਰਸ ਦਾ ਰਾਜ ਸੀ, ਅਸੀਂ ਬਾਰਡਰ ਤੱਕ ਛੱਡ ਕੇ ਆਏ ਸੀ, ਦਿੱਲੀ ਬਾਰਡਰ ਤੱਕ ਛੱਡ ਕੇ ਆਈ ਕਾਂਗਰਸ ਦੀ ਸਰਕਾਰ। ਕਿਸੇ ਨੇ ਹੱਥ ਨਹੀਂ ਲਾਇਆ ਕਿਸਾਨ ਨੂੰ, ਕਿਸੇ ਹਰਿਆਣੇ ਦੀ ਪੁਲਿਸ ਦੀ ਜ਼ਰੂਰਤ ਨਹੀਂ ਪਈ ਵੀ ਪੰਜਾਬ ਦੇ ਕਿਸਾਨ ਨੂੰ ਰੋਕ ਲੈ, ਕਿਉਂਕਿ ਪੰਜਾਬ ਦੇ ਉਹ ਨਾਲ ਸੀ। ਅੱਜ ਅਮਰਿੰਦਰ ਸਿੰਘ ਸੁੱਤੇ ਪਏ ਹੈ, ਅੱਜ ਸੁਨੀਲ ਜਾਖੜ ਚੁੱਪ ਹੈ, ਸੁਖਬੀਰ ਸਿੰਘ ਬਾਦਲ ਸਾਹਿਬ ਬਿਆਨ ਦਿਓ ਨਰਿੰਦਰ ਮੋਦੀ ਦੇ ਖਿਲਾਫ ਕਿ ਇਹਦੇ ਨਾਲ ਮਰ ਜਾਵਾਂ, ਕਦੇ ਸਮਝੌਤਾ ਨਹੀਂ ਕਰੂੰਗਾ, ਇਹ ਪੰਜਾਬ ਦਾ ਦੋਸ਼ੀ ਹੈ। ਫੇਰ ਪਤਾ ਲੱਗੂਗਾ, ਕਿਉਂਕਿ ਤੁਸੀਂ ਦਸਤਖਤ ਕੀਤੇ, ਤੁਸੀਂ ਲੋਕਾਂ ਨੇ, ਤੁਸੀਂ ਇਹ ਕਾਲੇ ਕਾਨੂੰਨਾਂ ਤੇ ਦਸਤਖਤ ਕੀਤੇ, ਨਹੀਂ ਇਹ ਧਰਨੇ ਲੱਗਣੇ ਨਹੀਂ ਸੀ, ਤੇ ਅੱਜ ਫੇਰ ਸਮਝੌਤਾ ਕਰਨ ਦੇ ਜੱਫੀਆਂ ਪਾਉਣ ਚੱਲੇ ਹੋ, ਤੇ ਹਜੇ ਤੱਕ ਅਕਾਲੀ ਦਲ ਦਾ ਪ੍ਰਧਾਨ ਚੁੱਪ ਬੈਠੇ। ਮੇਰੀ ਬੇਨਤੀ ਹੈ ਤੁਹਾਨੂੰ, ਲੜੋ ਸਾਰੇ ਇਕੱਠੇ ਹੋ ਕੇ, ਭੁੱਲ ਜਾਈਏ ਕਾਂਗਰਸੀ ਕੌਣ ਹੈ, ਆਮ ਆਦਮੀ ਪਾਰਟੀ ਵਾਲਾ ਕੌਣ ਹੈ, ਅਕਾਲੀ ਕੌਣ ਹੈ। ਔਰ ਭਾਜਪਾ ਵਾਲਿਆਂ ਨੂੰ ਕਹਿਣਾ ਚਾਹੁੰਦਾ, ਜਾਖੜ ਸਾਹਿਬ ਤੁਸੀਂ ਪੰਜਾਬੀ ਹੋ, ਆਪਣੇ ਆਪ ਨੂੰ ਕਿਸਾਨ ਕਹਿੰਦੇ ਹੋ, ਲੜੋ ਸਾਰੇ ਜਾਣੇ ਇਕੱਠੇ ਹੋ ਕੇ ਔਰ ਨਿੰਦੋ ਭਾਜਪਾ ਸਰਕਾਰ ਨੂੰ ਔਰ ਨਿੰਦੋ ਆਮ ਆਦਮੀ ਪਾਰਟੀ ਸਰਕਾਰ ਨੂੰ, ਸਾਰੇ ਇਕੱਠੇ ਹੋ। ਅੱਜ ਸਾਰੇ ਇਕੱਠੇ ਹੋ ਕੇ ਲੜਾਈ ਲੜਨ ਦਾ ਫਰਕ ਹੈ, ਕਿਉਂਕਿ ਅਸੀਂ ਪੰਜਾਬ ਹੀ ਨਾ ਰਿਹਾ ਤਾਂ ਫਿਰ ਸਿਆਸਤਕਾਰੀ ਰਹੇਗੀ, ਸਾਡੇ ਵਖਰੇਵੇਂ ਹੈ। ਅਸੀਂ ਕਾਂਗਰਸ ਤੋਂ ਪਹਿਲਾਂ ਮੈਂ ਪੰਜਾਬ ਨੂੰ ਪਿਆਰ ਕਰਦਾ, ਕਾਂਗਰਸ ਤੋਂ ਪਹਿਲਾਂ ਮੈਂ ਪੰਜਾਬ ਦੀ ਧਰਤੀ ਨੂੰ ਪਿਆਰ ਕਰਦਾ, ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦਾ। ਸੋ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਆਵਾਮ ਨੂੰ, ਸਾਰਿਆਂ ਨੂੰ, ਚਾਹੇ ਕਿਸੇ ਦਾ ਕਿਸਾਨੀ ਨਾਲ ਤਲੁਕਾਤ ਹੈ ਜਾਂ ਨਹੀਂ ਹੈ, ਕਿਸਾਨੀ ਦੇ ਕਰਕੇ ਤੁਹਾਡੇ ਕਿੱਤੇ ਚੱਲਦੇ ਹੈ, ਤਕੜੇ ਹੋ ਜਾਓ ਔਰ ਲੜਾਈ ਲੜਾਂਗੇ। ਔਰ ਜਿੰਨਾ ਚਿਕਰ ਕਿਸਾਨ, ਅਸੀਂ ਉੱਥੇ ਇਸ ਕਰਕੇ ਨਹੀਂ ਜਾਂਦੇ, ਕਿਸਾਨ ਨੇ ਕਿਹਾ ਰਾਜਨੀਤਿਕ ਵਿਅਕਤੀ ਨਾ ਆਉਣ, ਜਦੋਂ ਕਿਸਾਨ ਬੁਲਾਵੇ ਅਸੀਂ ਜਾਓ, ਤੇ ਤੁਸੀਂ ਸਾਰੇ ਲੋਕ ਵੱਧ ਚੜ ਕੇ ਹਿੱਸਾ ਪਾ ਕੇ ਹਰ ਚੀਜ਼ ਆਰਥਿਕ ਤੌਰ ਤੇ ਵੀ, ਸਹੂਲਤ ਦੇ ਤੌਰ ਤੇ ਵੀ, ਬੰਦੇ ਭੇਜ ਕੇ ਵੀ ਮਦਦ ਕਰੋ। ਧੰਨਵਾਦ।